ਦੇਖੋ ਜਿੱਤ ਦੀ ਬਹੁਤ ਖੁਸ਼ੀ ਹੈ ਔਰ ਉਸਦੇ ਨਾਲ ਹੀ ਮੈਂ ਆਪਣੇ ਸਾਰੇ ਕਾਂਗਰਸ ਦੀ ਪਾਰਟੀ ਦੇ ਲੀਡਰਾਂ ਵਰਕਰਾਂ ਔਰ ਆਪਣੇ ਸਾਰੇ ਰਿਸ਼ਤੇਦਾਰ ਸਗੇ ਸੰਬੰਧੀ ਦੋਸਤ ਮਿੱਤਰ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੀ ਮਿਹਨਤ ਕਰਕੇ ਮੈਨੂੰ ਜਿੱਤ ਦਵਾਈ ਆ। ਦੂਸਰਾ ਉਹਦੇ ਨਾਲ ਹੀ ਮੈਂ ਛੋਟੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰ ਕੌਰ ਦਾ ਵੀ ਉਹਨਾਂ ਨੂੰ ਨਤਮਸਤਕ ਹੁਣੇ ਹੋਣ ਦਵਾਂਗਾ ਕਿ ਉਹਨਾਂ ਦੇ ਆਸ਼ੀਰਵਾਦ ਕਰਕੇ ਮੈਨੂੰ ਦੁਬਾਰਾ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਔਰ ਹੁਣ ਕਾਮ ਹੈ ਮੇਰੇ, ਇੱਕ ਤਾਂ ਬਹੁਤ ਸਾਰੇ ਪਿਛਲੇ ਪ੍ਰੋਜੈਕਟਸ ਪੈਂਡਿੰਗ ਨੇ ਜਿਹੜੇ ਮੈਂ ਚਾਹੁੰਦਾ ਸੀ, ਪਰ ਉਹ ਭਾਜਪਾ ਸਰਕਾਰ ਸੀ, ਬਹੁਤ ਘੱਟ ਕੰਮ ਕਰਦੀ ਸੀ ਸਾਡੇ, ਅਤੇ ਹੁਣ ਕੋਸ਼ਿਸ਼ ਕਰਦੇ ਹਾਂ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਕੰਮ ਨਿਬੇੜੇ ਜਾਣ, ਇਹਦੀ ਕੋਸ਼ਿਸ਼ ਕਰਾਂਗੇ। ਮੈਂ ਆਪਣੇ ਲੀਡਰਾਂ ਨਾਲ ਵੀ ਸਲਾਹ ਕਰੂੰਗਾ, ਵਰਕਰਾਂ ਨਾਲ ਵੀ, ਕਈ ਪ੍ਰਿਓਰਿਟੀ ਬਣਾਓ ਕੀ ਚਾਹੁੰਦੇ ਹੋ ਤੁਸੀਂ ਕੇਂਦਰ ਸਰਕਾਰ ਤੋਂ, ਅਤੇ ਹੁਣ ਅਗਲੇ 2-4 ਦਿਨ 'ਚੋਂ ਸਾਰੀਆਂ ਗੱਲਾਂ ਗੁੱਲਾਂ ਕਰਕੇ ਫਿਰ ਕੰਮ ਸ਼ੁਰੂ ਕਰਾਂਗੇ, ਬਿਲਕੁਲ ਨਵੇਂ ਸਿਰੇ ਤੋਂ ਸਾਰੀਆਂ ਗੱਲਾਂ ਸ਼ੁਰੂ ਕਰਨ। ਇਸ ਤਰ੍ਹਾਂ ਦਾ ਮੁਕਾਬਲਾ ਨਹੀਂ, ਮੁਕਾਬਲਾ ਤਾਂ ਦੇਖੋ ਮੁਕਾਬਲਾ ਤਾਂ ਹੈ ਹੀ ਸੀ, ਲੇਕਿਨ ਜਿਹੜਾ ਮੇਨ ਮੁੱਦਾ ਸੀ ਉਹ ਦਲ ਬਦਲੂਆਂ ਦਾ ਮੁੱਦਾ ਸੀ, ਔਰ ਦੂਸਰਾ ਸੀ ਜਿਹੜੀ ਝਾੜੂ ਪਾਰਟੀ ਆ ਉਹ ਪੋਸਟਰ ਲਗਾਉਂਦੀ ਆ, ਕੰਮ ਨਹੀਂ ਕਰਦੀ। ਉਹਨਾਂ ਦੀ ਹਾਰ ਕਿਉਂ ਸਾਰੇ ਪੰਜਾਬ 'ਚ ਹੋਈ ਆ, ਔਰ ਜਿਹੜੀਆਂ 1-2 ਸੀਟਾਂ ਮਿਲੀਆਂ ਉਹ ਬਾਈ ਡਿਫੋਲਟ ਮਿਲੀਆਂ, ਉਹਨਾਂ ਦੀ ਜਿੱਤ ਨਹੀਂ ਹੈਗੀ, ਉੱਥੇ ਕੁਛ ਇਸ ਤਰ੍ਹਾਂ ਦੇ ਕੰਬੀਨੇਸ਼ਨ ਬਣ ਗਏ, ਅਤੇ ਉਹ ਇਸ ਕਰਕੇ ਉਹਨਾਂ ਦੀ ਹਾਰ ਹੀ ਇਸ ਕਰਕੇ ਆ ਕਿ ਉਹ ਕੰਮ 'ਚ ਵਿਸ਼ਵਾਸ ਨਹੀਂ ਕਰਦੇ। ਉਹ ਸੋਚਦੇ ਆ ਕਿ ਇਕੱਲੇ ਭਾਸ਼ਣਾਂ ਨਾਲ ਹੀ ਕੰਮ ਚੱਲ ਜੂਗਾ, ਇਕੱਲੇ ਪੋਸਟਰਾਂ ਨਾਲ ਹੀ ਕੰਮ ਚੱਲ ਜੂਗਾ। ਉਹ ਲੋਕਾਂ ਨੇ ਮੇਰੇ ਖਿਆਲ ਉਹਨਾਂ ਨੂੰ ਸਬਕ ਸਿਖਾਇਆ ਕਿ ਕਾਕਾ ਜੀ ਐਂ ਨਹੀਂ ਹੁੰਦਾ, ਪੋਸਟਰਾਂ ਨਾਲ ਜਾਂ ਭਾਸ਼ਣਾਂ ਨਾਲ ਕੰਮ ਨਹੀਂ ਹੁੰਦਾ, ਜਿਹੜੀਆਂ ਗੱਲਾਂ ਕਰਦੇ ਉਹ ਪੂਰੀਆਂ ਕਰਕੇ ਦਿਓ, ਅਤੇ ਉਹ ਉਹਨਾਂ ਨੂੰ। ਅੱਛਾ, ਦੂਸਰਾ ਦਲ ਬਦਲੂਆਂ ਨੂੰ ਲਿਆ ਕੇ ਕਦੇ ਕਿਸੇ ਨੂੰ ਇੱਧਰੋਂ ਲਿਆ ਕੇ ਉੱਧਰੋਂ ਲਿਆ ਕੇ ਉਹ ਖੜਿਆ ਕਰ ਰਹੇ ਸੀ, ਉਹਦੇ 'ਤੇ ਵੀ ਲੋਕਾਂ ਦੀ ਨਾਰਾਜ਼ਗੀ ਸੀ ਕਿ ਦਲ ਬਦਲੂ ਨੂੰ ਵੋਟ ਕਿਉਂ ਪਾਈ ਜਾਵੇ, ਆਪਣਾ ਕੋਈ ਓਰਿਜਨਲ ਬੰਦਾ ਖੜਾ ਕਰਦੇ ਹੋ ਸਕਦਾ ਬੈਟਰ ਪਰਫਾਰਮੈਂਸ ਹੁੰਦੀ। ਅਤੇ ਇਸ ਕਰਕੇ ਬਹੁਤ ਸਾਰੇ ਮੁੱਦੇ ਝਾੜੂ ਵਾਲੀ ਪਾਰਟੀ ਦੇ ਤਾਂ ਮੁੱਦੇ ਹੀ ਇਹ ਨੇ, ਔਰ ਉਹ ਕੇਂਦਰ ਵਾਲਿਆਂ ਦੇ ਵੀ ਮੁੱਦੇ ਕੀ ਨੇ। ਇਸ ਵਾਰ ਜਿਹੜਾ ਇੰਡੀਆ ਅਲਾਇੰਸ ਨੂੰ ਇੰਨੀਆਂ ਸੀਟਾਂ ਮਿਲੀ ਉਹਦਾ ਕਾਰਨ ਕੀ ਆ? ਉਹਦਾ ਮੇਨ ਕਾਰਨ ਹੈ ਜਦੋਂ ਮੋਦੀ ਜੀ ਸਵੇਰ ਤੋਂ ਸ਼ਾਮ ਤੱਕ ਆਪਣਾ ਭਾਸ਼ਣ ਦੇਈ ਜਾਂਦੇ ਆ, ਲੇਕਿਨ ਕੰਮ ਥੱਲੇ ਕੁਛ ਨਹੀਂ ਹੈਗਾ। ਮਹਿੰਗਾਈ ਆ, ਅਨਇੰਪਲੋਇਮੈਂਟ ਆ, ਕਿਸਾਨਾਂ ਦਾ ਮਸਲਾ ਹੈਗਾ, ਨੌਜਵਾਨਾਂ ਦਾ ਮਸਲਾ, ਇੰਨੇ ਮਸਲੇ ਆ, ਉਹਨਾਂ ਨੇ ਕਿਸੇ ਮਸਲੇ ਤੋਂ ਕੁਛ ਲੈਣਾ ਦੇਣਾ ਨਹੀਂ, ਭਾਸ਼ਣ ਕਰਕੇ ਅੱਗੇ ਵੱਧ ਜਾਣਾ, ਤਾਂ ਲੋਕਾਂ ਨੇ ਇੰਨੀ ਸਪੋਰਟ ਕੀਤੀ। ਮੈਂ ਤਾਂ ਦੇਖੋ ਮੇਰੇ ਪਿਛਲੇ ਬਹੁਤ ਸਾਰੇ ਮੁੱਦੇ ਪੈਂਡਿੰਗ ਨੇ, ਇੱਕ ਤਾਂ ਉਹ, ਪਰ ਹੁਣ ਦੁਬਾਰਾ ਬਣਿਆ ਅਤੇ ਆਪਣੇ ਲੀਡਰਾਂ ਵਰਕਰਾਂ ਨਾਲ ਇੱਕ ਵਾਰੀ ਦੁਬਾਰਾ ਗੱਲ ਕਰੂੰਗਾ ਨਾ। ਅਜੇ ਤਾਂ ਤੁਹਾਡੇ ਸਾਹਮਣੇ ਸਰਟੀਫਿਕੇਟ ਹੀ ਲਿਆ, ਹੁਣ ਉਹਨਾਂ ਨਾਲ ਗੱਲ ਕਰੂੰਗਾ ਕਿ ਭਾਈ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਡੇ ਮਨ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਜਿਹੜੀਆਂ ਪੈਂਡਿੰਗ ਨੇ, ਜਿਹੜੀਆਂ ਕਰਾਉਣੀਆਂ ਜ਼ਰੂਰੀ ਨੇ, ਉਹ ਫਿਰ ਉਹਨਾਂ ਨਾਲ ਪੁੱਛ ਕੇ ਲਿਸਟ ਬਣਾ ਕੇ ਔਰ ਉਹਨਾਂ ਨੂੰ ਫਿਰ ਕਰਾਉਣਾ ਸ਼ੁਰੂ ਕਰਨ। ਹਾਂਜੀ, ਲੈਟਰ ਮਿਲ ਗਿਆ।